ਸਤਿਕਾਰਯੋਗ ਪਰਮ ਪਿਆਰੀ ਸਾਧ ਸੰਗਤ ਜੀਓ, ਵੱਡੇ ਭਾਗਾਂ ਵਾਲੇ ਹਾਂ ਜੋ ਗੁਰੂ ਦਾ ਹੁਕਮ ਕਮਾਉਂਦਿਆਂ ਹੋਇਆਂ ਹੋਏ ਇਕੱਤਰ ਮਿਲੋ ਮੇਰੇ ਭਾਈ। ਦੁਬਦਾ ਦੂਰ ਕਰੋ ਲਿਵਲਾਏ, ਹਰ ਨਾਮੇ ਕੀ ਹੋ ਜੋੜੀ, ਗੁਰਮੁਖ ਬੈਸੋ ਸਫਾ ਵਛਾਏ। ਦੇ ਮਹਾਂਵਾਕ ਅਨੁਸਾਰ ਗੁਰੂ ਚਰਨਾਂ ਨਾਲ ਜੁੜ ਬੈਠੇ ਹਾਂ। ਸੋਧਰ ਦੀ ਬਾਣੀ ਦੇ ਜਾਪ ਹੋਏ ਹਨ। ਇੱਕ ਸ਼ਬਦ ਦਾ ਜਾਪ ਕਰਕੇ ਛੇ ਪੌੜੀਆਂ ਨੂੰ ਸ਼ਬਦ ਦਾ ਜਾਪ ਕਰਾਂਗੇ। ਆਓ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰ ਰਹੇ ਨੇ ਪਾਵਨ ਪਵਿੱਤਰ ਗੁਰਬਾਣੀ ਦੇ ਸ਼ਬਦ ਰਾਹੀਂ। ਮਾਧੋ ਹਮ ਐਸੇ ਤੂੰ ਐਸਾ, ਇਹ ਵਾਹਿਗੁਰੂ ਤੂੰ ਇਹੋ ਜਿਹਾ ਹੈ। ਇਹ ਨਾ ਬੰਦਾ ਭੁਲੇਖਾ ਖਾ ਜਾਵੇ ਕਿ ਰੱਬ ਕੁਝ ਵੇਖ ਨਹੀਂ ਰਿਹਾ, ਉਹ ਵੇਖੇ ਉਹਨਾਂ ਨਜ਼ਰ ਨਾ ਆਵੇ। ਬਹੁਤਾ ਇਹੋ ਵਡਾਣ, ਉਹਦੇ ਵਿੱਚ ਵੱਡੀ ਵਡਿਆਈ ਵੀ ਇਹੋ ਹੈ। ਉਹ ਸਾਨੂੰ ਵੇਖਦਾ ਪਰ ਅਸੀਂ ਉਹਨੂੰ ਵੇਖਣ ਵਾਲੀ ਅੱਖ ਨਹੀਂ ਖੋਲ੍ਹਦੇ। ਆਓ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਨ ਪਾਵਨ ਸ਼ਬਦ ਦੇ ਅੰਦਰ ਗੁਰੂ ਸਾਹਿਬ ਜੀ ਕਿਰਪਾ ਕਰ ਰਹੇ ਨੇ। ਮਾਧੋ ਹਮ ਐਸੇ ਤੂੰ ਐਸਾ, ਇੱਕ ਪਾਸੇ ਆਪਣਾ ਪੱਖ ਰੱਖਿਆ, ਇੱਕ ਪਾਸੇ ਵਾਹਿਗੁਰੂ ਦਾ ਪੱਖ ਰੱਖਿਆ। ਇਸ ਸ਼ਬਦ ਵਿੱਚ ਸਮਝਾਉਣਾ ਕੀਤਾ ਗੁਰੂ ਸਾਹਿਬ ਜੀ ਨੇ ਕਿ ਅਸੀਂ ਕਿਸੇ ਕਿਹੋ ਜਿਹੇ ਹਾਂ ਤੇ ਗੁਰੂ ਕਿਵੇਂ ਕਿਰਪਾ ਕਰਦਾ ਸਾਡੇ ਤੇ। ਆਓ, ਪਾਵਨ ਸ਼ਬਦ ਨਾਲ ਜੁੜਨਾ ਕਰੀਏ। ਗੁਰੂ ਸਾਹਿਬ ਕਿਰਪਾ ਕਰ ਰਹੇ ਨੇ ਪਾਵਨ ਪਵਿੱਤਰ ਗੁਰਬਾਣੀ ਦੇ ਸ਼ਬਦ ਰਾਹੀਂ। ਤੂੰ
ਕਥਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕਰ ਦੇਸਾ। ਉਹ ਵਾਹਿਗੁਰੂ ਨਿਰੰਕਾਰ ਕਿਹੋ ਜਿਹਾ ਹੈ, ਦੀਨ ਦਿਆਲ ਦਿਆ ਨਿਧ ਦੋਖਣ ਦੇਖਤ ਹੈ। ਉਹ ਇਹਨਾਂ ਕਿਉਂਕਿ ਸਾਡੇ ਪਾਪ ਨਹੀਂ ਵੇਖਦਾ ਤਾਂ ਦੇਈ ਜਾ ਰਿਹਾ, ਦੋਖਣ ਦੇਖਤ ਹੈ ਪਰ ਦੇਤ ਨਾ ਹਾਰੇ। ਉਹਦਾ ਸੁਭਾਅ ਇੱਦਾਂ ਦਾ ਹੈ ਕਿ ਉਹ ਦਿਨੋਂ ਨਹੀਂ ਹਟਦਾ। ਆਓ, ਗੁਰੂ ਸਾਹਿਬ ਜੀ ਨੇ ਬਹੁਤ ਕੁਝ ਇਸ ਸ਼ਬਦ ਵਿੱਚ ਸਮਝਾ ਦਿੱਤਾ ਹੈ ਕਿ ਕਿਵੇਂ ਦਾ ਰੱਬ ਹੈ, ਕਿਵੇਂ ਸਾਡੇ ਤੇ ਉਹ ਕਿਰਪਾ ਕਰੀ ਜਾ ਰਿਹਾ ਹੈ। ਆਓ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਹੁਣ ਸਾਰੇ ਮਿਲ ਕੇ ਆਨੰਦ ਸਾਹਿਬ ਜੀ ਦਾ ਜਾਪ ਕਰੀਏ। ਉਪਰੰਤ ਨਾਮ ਕਰੀ ਮਹਲਾ ਤੀਜਾ, ਆਨੰਦ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਮਿਆ ਮੇਰੀ ਪਾਏ ਸਤਿਗੁਰੂ। Oh,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।